ਚੇਤਨ ਨਰਾਤਿਆਂ ਦੀ ਅਸ਼ਟਮੀ ਵਾਲੇ ਦਿਨ ਮਾਂ ਦੁਰਗਾ ਦੇ ਮਹਾਕੌਰੀ ਸਵਰੂਪ ਦੀ ਪੂਜਾ ਕੀਤੀ ਗਈ। ਨਰਾਤਿਆਂ ਵਿੱਚ ਅਸ਼ਟਮੀ ਦਾ ਵਿਸ਼ੇਸ਼ ਮਹੱਤਵ ਹੈ ਤੇ ਇਸ ਦਿਨ ਲੋਕ ਕੰਨਿਆ ਪੂਜਨ ਕਰਦੇ ਨੇ। ਸ਼ਰਧਾਲੂਆਂ ਨੇ ਤੜਕਸਾਰ ਤੋਂ ਹੀ ਮੰਦਰਾਂ ਵਿੱਚ ਜਾ ਕੇ ਮੱਥਾ ਟੇਕ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੁੰਦਰ ਪਕਵਾਨ ਬਣਾ ਕੇ ਕੰਜਕਾਂ ਦਿੱਤੀਆਂ ਗਈਆਂ। ਉਧਰ ਰਾਮਨੌਮੀ ਦੇ ਸੰਬੰਧ ਵਿੱਚ ਅੱਜ ਕਈ ਥਾਵਾਂ 'ਤੇ ਸ਼ੋਭਾ ਯਾਤਰਾਵਾਂ ਸਜਾਈਆਂ ਗਈਆਂ, ਜਿਸ ਵਿੱਚ ਭਗਤਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪ੍ਰਭੂ ਰਾਮ ਦਾ ਗੁਣਗਾਇਨ ਕੀਤਾ। ਰਾਮਨੌਮੀ ਵਾਲੇ ਦਿਨ ਵੀ ਕੰਜਕ ਪੂਜਨ ਹੋਵੇਗੀ।